ਅੱਜ ਦੀ ਜਿਹੜੀ ਮੀਟਿੰਗ ਆ ਇਹ 19 ਤਰੀਕ ਦੇ ਪੰਥ ਇਕੱਠ ਨੂੰ ਮੁੱਖ ਰੱਖਦੇ ਹੋਏ ਜਿਹੜਾ ਹਲਕਾ ਬਾਬਾ ਬਕਾਲਾ ਦੇ ਜਿਹੜੇ ਵਲੰਟੀਅਰ ਆ ਸੇਵਾਦਾਰ ਆ ਉਹਨਾਂ ਦੀ ਮੀਟਿੰਗ ਰੱਖੀ ਗਈ ਸੀ ਕਿ ਆਪਾਂ ਉਹਨਾਂ ਦੀਆਂ ਕਿਵੇਂ ਕਿਵੇਂ ਡਿਊਟੀਆਂ ਲਾਉਣੀਆਂ ਵਾ, ਉਸ ਦਿਨ ਨੂੰ ਜਿਹੜਾ ਪੰਥ ਇਕੱਠ ਹੋਣਾ ਉਹਦੀ ਕਿਵੇਂ ਆਪਾਂ ਉੱਥੇ ਸੰਗਤ ਨੂੰ ਲੈ ਕੇ ਜਾਣਾ, ਉੱਥੇ ਕਿੱਦਾਂ ਦੇ ਪ੍ਰਬੰਧ ਕਰਨੇ, ਉਹਦੇ ਸੰਬੰਧ ਵਿੱਚ ਹੀ ਜਿਹੜੀ ਮੀਟਿੰਗ ਰੱਖੀ। ਇਕੱਤਰਤਾ ਜਿਹੜੀ ਹੈਗੀ ਹੈ ਕਿਹੜੀ ਕਿਹੜੇ ਜਗ੍ਹਾ ਤੋਂ ਹੁੰਦੀ, ਜਿਹੜੀ ਅੱਜ ਦੀ ਇਕੱਤਰਤਾ ਸੀਗੀ ਇਹ ਮੀਟਿੰਗ ਆ ਤੁਹਾਡੀ? ਇਹ ਨਹੀਂ, ਇਹ ਦੂਸਰੀ ਮੀਟਿੰਗ ਹੋ ਗਈ ਆ, ਕੱਲ ਵੀ ਅਸੀਂ ਮੀਟਿੰਗ ਕੀਤੀ, ਪਰ ਅੱਜ ਮੇਨ ਤੌਰ ਤੇ ਵੈਸੇ ਪਹਿਲੀ ਮੀਟਿੰਗ ਆ ਬਾਬਾ ਬਕਾਲਾ ਹਲਕੇ ਦੀ, ਜਿਹੜੇ ਇੱਥੇ ਲਾਗਲੇ ਲਾਗੇ ਪਿੰਡਾਂ ਦੇ ਜਿਹਨੇ ਸਾਡੇ ਜਿਹੜੇ ਹੈਗੇ ਸੇਵਾਦਾਰ ਉਹਨਾਂ ਦੀ ਇਹ ਪਹਿਲੀ ਮੀਟਿੰਗ ਆ। ਇਹ ਰੱਖੀ ਸਾ ਹੈਗੀ ਆ ਪੰਥ ਇਕੱਠ ਨੂੰ ਮੁੱਖ ਰੱਖਦਿਆਂ ਹੋਇਆ ਵੀ ਉਹਦੇ ਵਿੱਚ ਆਪਾਂ ਡਿਊਟੀਆਂ ਕਿਵੇਂ ਮੰਨਣੀਆਂ ਵਾ, ਉੱਥੇ ਸੰਗਤ ਜਿਹੜੀ ਆ ਉਹ ਕਿਹੜੇ ਹਿਸਾਬ ਦੇ ਨਾਲ ਆਪਾਂ ਲੈ ਕੇ ਜਾਣੀ ਆ, ਜੇ ਪਾਰਕਿੰਗ ਤੋਂ ਦੂਰ ਹੁੰਦੀ ਆ ਤੇ ਉੱਥੋਂ ਕਿਵੇਂ ਜਾਣੀ ਆ, ਉੱਥੇ ਡਿਊਟੀਆਂ ਸਟੇਜ ਤੇ ਕਿਵੇਂ ਡਿਊਟੀਆਂ ਹੋਣਗੀਆਂ, ਕੋਈ ਪਾਣੀ ਦੀ ਡਿਊਟੀ ਆ ਜਾਂ ਕੋਈ ਹੋਰ ਤਰ੍ਹਾਂ ਦੀ ਉੱਥੇ ਪ੍ਰਬੰਧ ਵਿੱਚ ਜਿਹੜੀ ਆ ਸਿਕਿਉਰਿਟੀ ਪੱਖੋਂ ਉਹ ਉਹਦੇ ਸੰਬੰਧ ਵਿੱਚ ਜਿਹੜੀ ਇਹ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ, ਜਿਹੜੀ ਬਾਬਾ ਬਕਾਲਾ ਵਿੱਚ ਸਿਆਸੀ ਸਟੇਜਾਂ ਲੱਗਦੀਆਂ ਨੇ, ਸਿਆਸੀ ਕਾਨਫਰੰਸਾਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ? ਨਹੀਂ ਜੀ, ਇਹ ਪੰਥਕ ਇਕੱਠ ਵਾ, ਇਹਦੇ ਵਿੱਚ ਪੰਥਕ ਵਿਚਾਰਾਂ ਹੋਣੀਆਂ। ਤੇ ਉਹੀ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਆਪਣੀਆਂ ਮੇਨ ਸੰਸਥਾਵਾਂ ਵਾ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਅਕਾਲ ਤਖਤ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਸੰਸਥਾ ਵਾ ਜਿਹੜੀ ਸਿੱਖ ਪੰਥ ਦੇ ਵਿੱਚ ਜਿਹੜਾ ਬਹੁਤ ਵੱਡਾ ਨਾਂ ਸੀ, ਉਹਦੇ ਵਿੱਚ ਅੱਜ ਕੱਲ੍ਹ ਜਿੰਨੀ ਗਿਰਾਵਟ ਆ ਚੁੱਕੀ ਆ ਉਹਨਾਂ ਸੰਸਥਾਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇੱਥੋਂ ਤੱਕ ਵੀ ਅਸੀਂ ਖੁਦ ਜਾ ਕੇ ਵੇਖਿਆ ਕਿ ਅੱਜ ਕੱਲ੍ਹ ਕਿੱਥੇ ਉਹ ਸੰਸਥਾਵਾਂ ਦੇ ਪ੍ਰਧਾਨ ਜਦੋਂ ਬੋਲਦੇ ਸੀ ਤੇ ਬੜੀ ਦੂਰ ਤੱਕ ਸੁਣਾਈ ਦਿੰਦੇ ਸੀ, ਅੱਜ ਡੀਸੀ ਤੱਕ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ, ਜਥੇਦਾਰ ਅਕਾਲ ਤਖਤ ਦੀ ਵੀ ਕੋਈ ਗੱਲ ਨਹੀਂ ਸੁਣ। ਇੱਥੇ ਖੁੱਲ੍ਹਾ ਸੱਦਾ ਜੀ ਪੰਜਾਬ ਵਾਸੀਆਂ ਨੂੰ, ਜਿੰਨੇ ਵੀ ਪੰਜਾਬ ਹਿਤੈਸ਼ੀ ਆ ਉਹ ਸਾਰੇ ਭਾਈਚਾਰਿਆਂ ਨੂੰ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਆਓ ਉੱਥੇ ਪੰਥ ਇਕੱਠ ਦੇ ਵਿੱਚ ਪੰਜਾਬ ਦੇ ਭਲੇ ਵਾਸਤੇ ਜਿਹੜਾ ਸਿੱਖੀ ਨੂੰ ਜਿਹੜੀ ਆ ਢਾਲ ਲੱਗ ਰਹੀ ਆ ਉਹਨਾਂ ਦੇ ਵਿਚਾਰ ਕਰਨ ਵਾਸਤੇ ਪੰਥ ਇਕੱਠ ਸੱਦਿਆ ਗਿਆ। ਦੱਸਿਆ ਜਾ ਰਿਹਾ ਕਿ ਲੱਖੇ ਸਧਾਣੇ ਨੂੰ ਵੀ ਜਿਹੜਾ ਸਪੈਸ਼ਲ ਸੱਦਾ ਦਿੱਤਾ ਗਿਆ ਵਾ, ਉਹ ਦੇਖੋ ਉਹ ਜਿਵੇਂ ਪੰਜਾਬੀ ਬੋਲੀ ਦੇ ਉੱਤੇ ਤੇ ਨਸ਼ਿਆਂ ਦੇ ਉੱਤੇ ਵੀ ਉਹ ਕੰਮ ਕਰ ਰਿਹਾ, ਇਸ ਕਰਕੇ ਇਹਨਾਂ ਸਥਾਵਾਂ ਨੂੰ ਜਿਹੜੇ ਨੌਜਵਾਨ ਆ ਉਹ ਠੀਕ ਆ, ਤੁਹਾਡੇ ਕਾਇਦਾ ਵੀ ਪੰਥ ਇਕੱਠ ਦੇ ਵਿੱਚ ਉਹਨਾਂ ਦਾ ਚਿਹਰਾ ਮੋਹਰਾ ਨਹੀਂ ਲੱਗਦਾ, ਔਰ ਕਿਸੇ ਐਂਗਲ ਤੋਂ ਅੱਜ ਨਹੀਂ ਤੇ ਕੱਲ ਨੂੰ ਹੋਸਦਾ ਆ ਸਕਦੇ ਆ ਜਿਹੜੇ ਉਹ ਬੜੇ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ, ਤੁਹਾਨੂੰ ਸਾਰੇ ਤੁਸੀਂ ਜਾਣਦੇ ਹੋਗੇ ਉਹਨਾਂ ਨੇ ਵੀ ਜਿਹੜਾ ਬੜਾ ਯੋਗਦਾਨ ਪਾ ਰਿਹਾ। ਇਹ ਜ਼ਰੂਰੀ ਨਹੀਂ ਹੈਗਾ, ਹੈ ਤੇ ਅਸੀਂ ਤੇ ਆਪ ਚਾਹੁੰਦੇ ਹਾਂ ਕਿ ਉਹ ਸਿੱਖੀ ਦੇ ਵਿੱਚ ਪ੍ਰਭਾਕ ਹੋਣ, ਔਰ ਚਲੋ ਸਮਾਂ ਪਾ ਕੇ ਆ ਸਕਦੇ ਆ ਕਿਉਂਕਿ ਉਹਨਾਂ ਨੂੰ ਇਹਨਾਂ ਦੇ ਪਤਾ ਹੈਗਾ, ਪਤਾ ਨਹੀਂ ਕਿਉਂ ਅਜੇ ਲੇਟ ਹੋ ਰਹੇ ਆ। ਇਸ ਕਰਕੇ ਅਸੀਂ ਜਿਹੜੇ ਵੀ ਨੌਜਵਾਨ ਕਿਸੇ ਵੀ ਖੇਤਰ ਦੇ ਵਿੱਚ ਕੋਈ ਕੰਮ ਕਰਦੇ ਆ ਅਸੀਂ ਚਾਹੁੰਦੇ ਹਾਂ ਵੀ ਉਹ ਸਿੱਖੀ ਦੇ ਵਿੱਚ ਆਉਣ ਤੇ ਸਿੱਖੀ ਦੇ ਭਲੇ ਵਾਸਤੇ ਕੋਈ ਇਕੱਠੇ ਬੈਠ ਕੇ ਕੋਈ ਵਿਚਾਰਾਂ ਕਰਨ। ਇਹ ਖੁੱਲ੍ਹਾ ਸੱਦਾ ਹੈਗਾ ਜਾਂ ਕੋਈ ਇਹਦੇ ਵਾਸਤੇ ਵਿਸ਼ੇਸ਼ ਸੱਦਾ ਪੱਤਰ ਵੀ ਹੈਗਾ, ਕਿਉਂਕਿ ਕਿਹੜੀਆਂ ਸ਼ਖਸੀਅਤਾਂ ਜਿੱਦਾਂ MP ਸਰਜੀਤ ਸਿੰਘ ਖਾਲਸਾ ਦਾ ਨਾਮ ਇੱਕ ਜ਼ਰੂਰ ਹੈਗਾ ਇਹਦੇ ਵਿੱਚ, ਹੋਰ ਕਿਹੜੇ ਪ੍ਰਮੁੱਖ ਚਿਹਰੇ ਹੈਗੇ ਜਿਹੜੇ ਤੁਸੀਂ ਸੱਦਾ ਪੱਤਰ ਦਿਓਗੇ ਜਾਂ ਫਿਰ ਖੁੱਲ੍ਹੇ ਤੌਰ 'ਤੇ ਆਉਣਗੇ? ਨਹੀਂ ਦੇਖੋ, ਕਈ ਸੰਸਥਾਵਾਂ ਸਾਡੀਆਂ ਸਿੱਖੀ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਵਾ ਪੰਥ ਦਾ ਲੈ ਕੇ ਉਹਨਾਂ ਨੂੰ ਅਸੀਂ ਸੱਦਾ ਖੁਦ ਵੀ ਜਾ ਕੇ ਮਿਲ ਕੇ ਵੀ ਆਵਾਂਗੇ, ਬਾਕੀ ਜਿਹੜੇ ਕੋਈ ਅਦਾਂ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਿੰਟ ਮੀਡੀਆ ਰਾਹੀਂ ਵੀ ਅਸੀਂ ਜਿਹੜਾ ਉਹਨਾਂ ਨੂੰ ਸੱਦਾ ਦੇਵਾਂਗੇ ਕਿ ਵੱਧ ਤੋਂ ਵੱਧ ਇੱਥੇ ਜੇ ਸਾਡੇ ਕੋਲ ਪਹੁੰਚੇਗਾ ਤਾਂ ਜ਼ਰੂਰ ਉਹਨਾਂ ਕੋਲ ਪਹੁੰਚ ਕੇ ਜਾ ਕੇ ਸੱਦਾ ਦੇ ਕੇ ਆਵਾਂਗੇ, ਨਹੀਂ ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੱਧ ਤੋਂ ਵੱਧ ਇੱਥੇ। ਜਿਵੇਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਜਗ੍ਹਾ ਜਿਹੜੀ ਆ ਡਿਵਾਈਨ ਕੀਤੀ ਗਈ ਆ, ਤਾਂ ਕੀ ਪਹਿਲੀ ਵਾਰ ਜਿਹੜੀ ਆ ਸਟੇਜ ਲਗਾਈ ਜਾਵੇਗੀ, ਤੁਹਾਡੇ ਵਾਸਤੇ ਕਿਹੜੀ ਜਗ੍ਹਾ ਜਿਹੜੀ ਉਹ ਸਿਲੈਕਟ ਕੀਤੀ? ਦੇਖੋ ਮੇਰਾ ਤਾਂ ਖਿਆਲ ਆ, ਮੈਨੂੰ ਜ਼ਿਆਦਾ ਤਾਂ ਵੈਸੇ ਪਤਾ ਨਹੀਂ ਉਹ ਪਹਿਲਾਂ ਕਿਵੇਂ ਉਹਨਾਂ ਦਾ ਪ੍ਰਸ਼ਾਸਨ ਪ੍ਰਬੰਧ ਕਰਕੇ ਦਿੰਦਾ ਕਿ ਜਾਂ ਆਪਣੇ ਪੱਧਰ 'ਤੇ ਕਰਦੇ ਆ, ਅਸੀਂ ਵੀ ਇਸੇ ਤਰ੍ਹਾਂ ਹੀ ਆਪਣੇ ਤੌਰ 'ਤੇ ਹੀ ਪ੍ਰਬੰਧ ਕਰ ਰਹੇ ਹਾਂ ਕਿ ਕਿਉਂਕਿ ਬਾਅਦ ਦੇ ਵਿੱਚ ਕੋਈ ਪ੍ਰਸ਼ਾਸਨ ਕਿਸ ਕਿਸਮ ਦਾ, ਅਸੀਂ ਆਪਣੇ ਵੱਲੋਂ ਪੂਰਾ ਜਿਹੜਾ ਵਾ ਪ੍ਰਬੰਧ ਕਰ ਰਹੇ ਹਾਂ ਵੀ ਕਿੱਥੇ ਸਾਡੀ ਕਾਨਫਰੰਸ ਹੋਣੀ।
ਤੁਹਾਡੇ ਵੱਲੋਂ ਡੀਸੀ ਸਾਹਿਬ ਨੂੰ ਮਿਲਿਆ ਗਿਆ ਇਸ ਮੁੱਦੇ ਨੂੰ? ਨਹੀਂ, ਡੀਸੀ ਸਾਹਿਬ ਨੂੰ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਇੱਥੇ, ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇਹਦੇ ਸੰਬੰਧ ਵਿੱਚ ਜਿਹੜੀ ਅਜੇ ਮੀਟਿੰਗ ਹੋਣੀ ਡੀਸੀ ਸਾਹਿਬ ਦੇ ਨਾਲ, ਅਜੇ ਫਾਈਨਲ ਨਹੀਂ, ਅਜੇ ਪਤਾ ਸਾਨੂੰ ਲੱਗਾ ਵੀ ਉਹ ਕਿਵੇਂ ਸਾਨੂੰ ਦੱਸਦੇ ਆ ਪਹੁੰਚ ਤੇ ਕਰ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।